फिर सिंह साहब अकाली फूला सिंह ने आख्या कोई नहीं पुत्र पता लगू सवेरे जाके अकाल तख्त साहब के उपर तीन हुक्मनामे जारी कर दिते। तीन कहिंदे इस कंजरियां दे नाच वेखण वाले राजे रणजीत सिंह नूं सवेरे कोई गुरु का सिख फते नहीं बुलाऊगा। पहला हुक्मनामा, दूजा हुक्मनामा इहदे खजाने चों आए हुए रुपइयां दी जिहड़ी हरिमंदर साहिब देख हुंदी है ਉਹ ਦੇਖ ਸਵੇਰੇ ਨਹੀਂ ਹੋਵੇਗੀ। ਤੀਸਰਾ ਹੁਕਮਨਾਮਾ ਕੀਤਾ ਇਹਦੀ ਸਲਾਮਤੀ ਤੇ ਇਹਦੀ ਚੜ੍ਹਦੀ ਕਲਾ ਰਾਜ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ ਉਹ ਅਰਦਾਸ ਵੀ ਨਹੀਂ ਸਵੇਰੇ ਹੋਵੇਗੀ। ਏਦਾਂ ਹੀ ਹੋਇਆ, ਸਵੇਰੇ ਰਾਜੇ ਰਣਜੀਤ ਸਿੰਘ ਨੂੰ ਕਿਸੇ ਨੇ ਫਤਿਹ ਨਾ ਬੁਲਾਈ। ਜਿਹੜਾ ਦੇਗ ਵਾਸਤੇ ਰੁਪਈਏ ਲੈ ਕੇ ਗਿਆ ਉਹਨੇ ਵੀ ਆਣ ਕੇ ਦੱਸ ਦਿੱਤਾ ਰਾਜਾ ਸਾਹਿਬ ਅੱਜ ਨਹੀਂ ਜੇ ਤੁਹਾਡੀ ਦੇਗ ਪ੍ਰਵਾਨ ਹੋਈ ना तुहाडे राज दी चढ़दी कला दी अज अरदास होई जे। कहिंदा क्यों? कहिंदे सिंह साहब अकाली फूला सिंह जी ने हुक्मनामे जारी कर दिते ने अकाल तख्त साहिब दे उपरों। उस वेले ओह जिहड़ी ओह टिकाणे आ गई, अज च बन के चलिया गया अकाल तख्त साहिब। सिंह साहब अकाली फूला सिंह जी दे सामने हाथ जोड़ के कहिंदे सिंह साहब मैं अनजाण भुल गया, गलती हो गई, माफी दे दिओ। सिंह साहब अकाली फूला सिंह हुणां ने आख्या इंदे कल गल सी तेरे च ते मेरे च, अज गल चली गई है पंथ च, हुण फैसला भी पंथ विच ही होवेगा। मनदा गलती? कहिंदा जी मैं मनदा, ते पंथ जुड़िया होया सी अकाल तख्त साहब। सिंह साहब अकाली फूला सिंह ने आख्या इह अपनी गलती जे मनदा है बन्नो इहनूं इस इमली दे रुख दे नाल ते मारो गोरड़े ते फिर पंथ फैसला करे भी ਇਹਦੇ ਨਾਲ ਹੋਰ ਕੀ ਕਰਨੀ ਹੈ। ਕਹਿੰਦੇ ਰਾਜੇ ਰਣਜੀਤ ਸਿੰਘ ਨੇ ਜਾ ਕੇ ਜੱਫੀ ਪਾ ਲਈ ਤੇ ਗੁਰੂ ਕੀ ਸੰਗਤ ਨੇ ਆਖਿਆ ਵੀ ਜਿਹੜਾ ਇੰਨਾ ਆਜਿਜ ਹੋ ਗਿਆ ਤੁਹਾਡੇ ਕੋਲੋਂ, ਪੰਥ ਕੋਲੋਂ, ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਰਾਜਾ ਮਾਫੀਆਂ ਮੰਗਦਾ ਪਿਆ, ਇਸ ਰਾਜੇ ਨੂੰ ਬਖਸ਼ ਦੇਣਾ ਚਾਹੀਦਾ ਹੈ, ਮਾਫ ਕਰ ਦੇਣਾ ਚਾਹੀਦਾ ਹੈ। ਤੇ ਕਹਿੰਦੇ ਰਾਜਾ ਰਣਜੀਤ ਸਿੰਘ ਆ ਰਹੇ ਆਖ ਰਿਹਾ ਸੀ ਮੈਨੂੰ ਮਾਫ ਨਾ ਕਰੋ, ਜੋ ਸਿੰਘ ਸਾਹਿਬ ਕਹਿੰਦੇ ਮੈਨੂੰ ਉਹ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਲੋਕਾਂ ਆਖਿਆ ਇਦਾਂ ਦਾ ਚਾਹੀਦਾ ਹੈ ਸਿੱਖਾਂ ਦਾ ਰਾਜਾ, ਸਿੱਖਾਂ ਦਾ ਬਾਦਸ਼ਾਹ। ਤੇ ਕਹਿੰਦੇ ਰਾਜਾ ਰਣਜੀਤ ਸਿੰਘ ਕਹਿ ਰਿਹਾ ਸੀ ਸਿੱਖਾਂ ਦਾ ਰਾਜਾ ਬਾਦਸ਼ਾਹ ਇਦਾਂ ਦਾ ਨਹੀਂ ਚਾਹੀਦਾ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਦਾਂ ਦਾ ਚਾਹੀਦਾ ਜਿਹੜਾ ਰਾਜੇ ਨੂੰ ਗਲਤੀ ਕਰਨ ਦੇ ਉੱਤੇ ਉਹਦਾ ਵੀ ਲਿਹਾਜ਼ ਜਿਹੜਾ ਉਹ ਨਾ ਕਰੇ। ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਅੱਜ ਤੇ ਖੇੜੀ ਵਿਗੜੀ ਪਈ ਹੈ ਸਾਰੀ ਦੀ ਸਾਰੀ। ਗੁਰੂ ਰਹਿਮਤ ਕਰੇ ਕਿਤੇ ਸਾਡਾ ਉਹ ਸਤਕਾਰ ਅਕਾਲ ਤਖ਼ਤ ਸਾਹਿਬ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਉਹ ਸਤਕਾਰ ਜਿਹੜਾ ਫਿਰ ਦੁਬਾਰਾ ਉਸੇ ਤਰੀਕੇ ਦੇ ਨਾਲ ਬਹਾਲ ਹੋ ਸਕੇ, ਕਿਉਂਕਿ ਸੱਚ ਸੱਚ ਹੈ। ਤੇ ਜੇਕਰ ਸੱਚ ਸਟੇਜਾਂ ਤੇ ਖਲੋ ਕੇ ਕਵਾਂਗੇ ਨਹੀਂ ਤੇ ਅਸੀਂ ਸੁਣਾਂਗੇ ਨਹੀਂ ਫਿਰ ਨਿਗਾਰ ਵੱਧਦਾ ਜਾਵੇਗਾ। ਜਿਹੜੀ ਗੱਲ ਮੈਂਬਰ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਜਲਾਲ ਉਸਮਾ ਸਾਹਿਬ ਕਹਿ ਕੇ ਗਏ ਨਾ ਵੀ ਨਿਗਾਰ ਨੂੰ ਅਸੀਂ ਦੂਰ ਕਰੀਏ ਸਾਰੇ ਇਕੱਠੇ ਹੋ ਕੇ, ਉਹ ਸਾਨੂੰ ਹੀ ਕਰਨਾ ਪਵੇਗਾ। ਖੈਰ।